agora.
لا 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 ਸਰ ਕਿੰਨੇ ਸੈਂਕੜ ਮਾਲ ਆ ਟਰਾਲੀ ਸਾਢੇ ਚਾਰ ਸੈਂਕੜ ਚਲੋ 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 ਸਾਡੇ ਆਏ ਆ ਨਾਲ ਹੀ ਉਦੋਂ ਦੇ ਬੜਾ ਧੰਨਵਾਦ ਯਾਰ ਤੁਹਾਡਾ ਸਾਰੇ ਭਰਾਵਾਂ ਦਾ ਬੜੀ ਵੱਡੀ ਸੇਵਾ ਭਰਾਵਾਂ ਦੀ ਉੱਥੇ ਆਪਣੇ ਪਿੰਡਾਂ ਦੇ ਵਿੱਚ ਸੇਵਾ ਨਿਭਾ ਰਹੇ ਆ ਕੀ ਸੰਸਥਾ ਦਾ ਨਾਂ ਰੱਖਿਆ ਸਰਦਾਰ ਹਰੀ ਸਿੰਘ ਨਲੂਆ ਸਪੋਰਟਸ ਕਲੱਬ ਹਰੀ ਸਿੰਘ ਨਲੂਆ ਸਪੋਰਟਸ ਪਿੰਡ ਕਿਹੜਾ ਸੀ ਢਾਡੇ ਕਟਵਾਲ ਇਹ ਭਰਾਵਾਂ ਨੇ ਫਲੱਡ ਦੇ ਵਿੱਚ ਸਾਡੇ ਸੰਸਥਾ ਦੇ ਨਾਲ ਬੜੀ ਸੇਵਾ ਕੀਤੀ ਜਿੱਥੇ ਬੇਲਾ ਸਰਿਆਣਾ ਉੱਧਰ ਆਇਆ ਸੀ ਹੜ੍ਹ ਆਏ ਸੀ ਹੁਣ ਇਹ ਭਰਾ ਸਵੇਰ ਤੋਂ ਅੱਜ ਸਾਡੀ ਸੰਸਥਾ ਦੇ ਨਾਲ ਜਿੱਥੇ ਹਸਪੀਟਲ ਬਣ ਰਿਹਾ ਸਾਰੀ ਟੀਮ ਇਹਨਾਂ ਦੀ ਇਹ ਸਾਰੀ ਆਪਣੇ ਸਾਰੀ ਟੀਮ ਆਪਣੀ ਸਾਰੇ ਮਿਲਾਓ ਮੇਰਾ ਭਰਾ ਇਹ ਵੀਰ ਦਾ ਕੀ ਨਾਮ ਹਨੀ ਹਨੀ ਤੇਰਾ ਭਰਾ ਪਵਿੱਤਰ ਸਿੰਘ ਪਵਿੱਤਰ ਸਿੰਘ ਤੇਰਾ ਮੇਰਾ ਵੀਰ ਅਵੀ ਤੇਰਾ ਮੇਰਾ ਵੀਰ ਵਿਸ਼ਾਲ ਤੇਰਾ ਭਰਾ ਹੈ ਲੱਡੂ 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 ਮੈਂ ਡੱਡੂ ਕਿਹਾ ਤਾ ਸੋਰੀ ਯਾਰ ਇਹਦਾ ਵੀਰ ਦਾ ਤੇਰਾ ਤਾਂ ਬੇਲਾ ਸਰਿਆਣਾ ਧੰਨਵਾਦ ਮੇਰਾ ਭਰਾ ਤੁਹਾਡਾ ਸਾਰਿਆਂ ਦਾ ਜਿਹੜੀ ਸੇਵਾ ਮੇਰੇ ਵੀਰਾਂ ਨੇ ਕੀਤੀ ਤੇ ਇਹਦਾ ਵੀ ਭਰਾ ਆਇਆ ਇਹ ਗੋਪੀ ਭਰਾ ਤੇ ਇਹਦਾ ਪਿਛਲੀ ਵਾਰ ਵੀ ਮੇਰੇ ਵੀਰਾਂ ਨੇ ਉਦੋਂ ਵੀ ਸੇਵਾ ਪੂਰੀ ਕੀਤੀ ਗਗਨ ਹਨਾ ਹਾਂਜੀ ਹਾਂਜੀ ਭਾਜੀ ਬੜੇ ਚਿਰ ਦੇ ਆਉਂਦੇ ਆ ਇਹ ਭਰਾ ਦਾ ਵੀ ਸੁਨੀਲ ਕੀ ਨਾਂ ਸੁਨੀਲ ਸੁਨੀਲ ਧੰਨਵਾਦ ਸਾਰੇ ਭਰਾਵਾਂ ਦਾ ਬੜੀ ਵੱਡੀ ਸੇਵਾ ਯਾਰ ਤੁਸੀਂ ਚਲੋ ਸਾਡੇ ਇੱਥੇ ਨਾਲ ਰਲ ਕੇ ਹਨਾ ਇਸ ਹਸਪੀਟਲ ਦੇ ਵਿੱਚ ਬੇਸਹਾਰੇ ਲਵਾਰਸ ਅਨਾਥਾਂ ਦਾ ਇਲਾਜ ਤੇ ਲੋੜਵੰਦਾਂ ਦਾ ਇਲਾਜ ਜਿਹੜਾ ਫ੍ਰੀ ਹੋਇਆ ਕਰੂਗਾ ਤੇ ਤੁਸੀਂ ਕਦੀ ਵੀ ਤੁਹਾਡੀ ਸੰਸਥਾ ਆ ਜਦੋਂ ਵੀ ਤੁਹਾਨੂੰ ਕੋਈ ਲੱਗੂਗਾ ਇਲਾਜ ਲਈ ਜਦੋਂ ਚਾਲੂ ਹੋ ਗਿਆ ਤੁਸੀਂ ਜ਼ਰੂਰ ਇੱਥੇ ਵੇਚ ਲੈ ਕੇ ਪੇਸ਼ੈਂਟ ਲੈ ਕੇ ਆਓ ਇਹ ਸਾਰਿਆਂ ਸਹਿਯੋਗ ਦੇ ਨਾਲ ਹੀ ਇਹ ਜਿਹੜਾ ਹੋਸਪਿਟਲ ਜਿਹੜਾ ਚਲਾਇਆ ਜਾਊਗਾ ਟਰੈਕਟਰਾਂ ਨਾਲ ਖਾਲੀ ਟਰਾਲੀਆਂ ਕੀਤੀਆਂ ਜਾ ਰਹੀਆਂ ਸਵੇਰ ਦੀ ਅੱਜ ਤਕਰੀਬਨ 42 ਟਰਾਲੀਆਂ ਗਈਆਂ ਆ ਨੌਜਵਾਨ ਲੱਗੇ ਹੋਏ ਆ